ਕਰਤਾਰ ਸਿੰਘ ਦੁੱਗਲ ਦੀ ਕਹਾਣੀ ਮਾਂ ਜੇ ਸਾਨੂੰ ਕੋਈ ਇਸ ਤਰ੍ਹਾਂ ਦੇਖ ਲੈਤਾ ਤਾਂ ਤਾਂ ਉਹਦੀਆਂ ਅੱਖਾਂ 'ਚ ਹੱਦ ਦਰਜੇ ਦੀ ਬੇਪਰਵਾਹੀ ਹੁੰਦੀ ਤਾਂ ਤੂੰ ਕੀ ਜਵਾਬ ਦੇਵਾਂਗੀ ਤਾਂ ਮੈਂ ਕੀ ਜਵਾਬ ਦੇਵਾਂਗੀ ਮੈਂ ਕਹਾਂਗੀ ਤੁਸੀਂ ਵੇਖ ਤੇ ਲਿਆ ਪਰ ਪਰ ਇਸ ਤਰ੍ਹਾਂ ਦੀਆਂ ਕੁਝ ਉਹਨਾਂ ਦੀਆਂ ਮੁਸ਼ਕਲਾਂ ਸੰ ਕਮਜ਼ੋਰ ਮਰਦ ਅਸਲੀਅਤ ਦੇ ਹਨੇਰੇ ਤੋਂ ਹਨੇਰੇ ਪਹਿਲੂਆਂ ਨੂੰ ਵੇਖਦਾ ਔਰਤ ਉਹਨਾਂ ਨੂੰ ਆਪਣੇ ਇਸ਼ਕ ਦੇ ਵੇਗ ਨਾਲ ਹੁੰਝ ਕੇ ਸੁੱਟ ਪਾਉਂਦੇ। ਜਦੋਂ ਕਦੀ ਵੀ ਮੈਂ ਪ੍ਰੇਮ ਚ ਨਸ਼ਿਆਇਆ ਹੋਇਆ ਜੋੜਾ ਗੈਰ ਜ਼ਿੰਮੇਵਾਰੀ ਚ ਗਮ ਹੁੰਦਾ। ਸੱਚਾਈ ਦਾ ਡਰਾਉਣਾ ਦਿਓ ਇੱਕ ਐਲ ਚੱਟਾਂ ਵਾਂਗ ਉਹਨਾਂ ਦੇ ਸਾਹਮਣੇ ਆਖ ਲਾਂਦਾ। ਬਲਵਲੀਆਂ ਚ ਰੁੜੇ ਜਾਂਦੇ ਦੋਵੇਂ ਤਰਬਕ ਉੱਠਦੇ। ਮੈਂ ਤੁਹਾਨੂੰ ਪਿਆਰ ਕਰਦੀ ਹਾਂ। ਨਹੀਂ। ਪਿਆਰ ਮੈਂ ਬਸ ਕਰੀ ਤੁਹਾਨੂੰ ਸਕਦੀ ਹਾਂ। ਪਰ ਤੂੰ ਆਪਣੇ ਆਪ ਨੂੰ ਵੀ ਤੇ ਚਾਹਨੀ ਹੈ। ਮਿੱਤਰਾਂ ਤਨਯੋਂ ਕਿ ਤੁਸੀਂ ਚੰਗੇ ਲੱਗਦੇ ਹੋ ਤੁਸੀਂ ਪਿਆਰੇ ਲੱਗਦੇ ਹੋ ਮੈਨੂੰ ਆਪਣਾ ਆਪ ਸੋਹਣਾ ਸੋਹਣਾ ਲੱਗਣ ਲੱਗ ਜਾਂਦਾ ਹੈ ਬੁੱਤ ਦੇ ਸੁਪਨੇ ਸੁਨਹਿਰੀ ਹੋ ਗਏ ਉਹਨੂੰ ਇੱਕ ਪੁਜਾਰੀ ਮਿਲ ਗਿਆ ਉਹਦੀ ਮੈਲ ਧੋਣ ਲਈ ਉਹਨੂੰ ਸਵਾਰਨ ਲਈ ਉਹਨੂੰ ਨਿਖਾਰ ਦੇਣ ਲਈ ਦੁਨੀਆ ਮਿੱਠੀ ਮਿੱਠੀ ਲੱਗਣ ਲੱਗ ਪਈ ਜੀਵਨ ਨਿਕਿਆ ਨਿਕਿਆ ਜਪਣ ਲੱਗ ਪਿਆ ਕੋਈ ਨਿਸ਼ਾਨਾ ਮਿਲ ਗਿਆ ਪਹੁੰਚਣ ਲਈ ਕੋਈ ਮੰਜ਼ਿਲ ਮਿਲ ਗਈ ਉਹ ਦੇਖਣ ਲਈ ਤੰਗਣ ਲਈ ਉਹਨਾਂ ਦੀਆਂ ਕੋਠੀਆਂ ਨਾਲ-ਨਾਲ ਸਨ ਸਨੱਥੀਆਂ ਦੀ ਬਾੜ ਪਿੱਛੇ ਖਲੋ ਉ ਚਿਪੀਆਂ ਦਿੰਦੀ ਰਹਿੰਦੀ ਤੇ ਵੇਖਦੀ ਰਹਿੰਦੀ ਕਿਸ ਤਰ੍ਹਾਂ ਉਹ ਆਪਣੇ ਕਮਰੇ ਦੇ ਸਾਹਮਣੇ ਘਾਹ ਦੇ ਮੈਦਾਨ ਚ ਪੜਦਾ ਪੜਦਾ ਸੋਚਣ ਲੱਗ ਜਾਂਦਾ ਘੜੀ ਘੜੀ ਆਪਣੀ ਘੜੀ ਨੂੰ ਵੇਖਦਾ ਬੈਠਾ ਬੈਠਾ ਕਦੀ ਕਦੀ ਏਉਂ ਲੱਗਦਾ ਜਿਸ ਤਰ੍ਹਾਂ ਉਹ ਕਾਲਾ ਪੈ ਗਿਆ ਹੋਵੇ ਫੁੱਲਾਂ ਵਿੱਚ ਫਿਰਦੇ ਆ ਫਿਰਦੇ ਆ ਉਹ ਸਭ ਤੋਂ ਚੰਗੇ ਜੋੜੇ ਨੂੰ ਤੋੜ ਲੈਂਦਾ ਸ਼ਾਮੀ ਜਦੋਂ ਮਿਲਦੇ ਉਹ ਦੋਵੇਂ ਫੁੱਲ ਠੀਕ ਉਹੀ ਉਹਦਿਆਂ ਵਾਲਾਂ ਨੂੰ ਸ਼ਿੰਗਾਰਦੇ ਉਹਦੀ ਰਾਤ ਨੂੰ ਰੰਗੀਨ ਬਣਾਈ ਰੱਖਦੇ ਟੈਨਿਸ ਤੋਂ ਬਾਅਦ ਤਾਰੇ ਨਿਕਲ ਆਉਂਦੇ ਖੇਡਦੇ ਆ ਖੇਡਦੇ ਆ ਕਦੀ ਕਦੀ ਹਾਰ ਜਾਂਦੀ ਬੈਠਿਆਂ ਬੈਠਿਆਂ ਹਮੇਸ਼ਾ ਜਿੱਤਦੀ ਕਵਲ ਮੋਹਨ ਨੂੰ ਵੀ ਉਹਦੀ ਜਿੱਤ 'ਚ ਖੁਸ਼ੀ ਹੁੰਦੀ ਹਾਰ ਕੇ ਉਹਨੂੰ ਸੁਆਜਿਆ ਹੁੰਦਾ ਚਾਨਣੀ ਰਾਤ 'ਚ ਜਦੋਂ ਚੰਨ ਆਪਣੇ ਪੂਰੇ ਜੋਬਨਤੇ ਹੋਏ ਤਾਂ ਫੁੱਲਾਂ ਦੀਆਂ ਪੱਤੀਆਂ ਉਹਦੀਆਂ ਅੱਖਾਂ ਵਿੱਚੋਂ ਨੇ ਬੁੱਝਿਆ ਉਹ ਕੁਝ ਹੋਰ ਕਹਿਣਾ ਚਾਹੁੰਦੀ ਸੀ ਦੋਵੇਂ ਚੁੱਪ ਇੱਕ ਦੂਜੇ ਵੱਲ ਵੇਖਣ ਲੱਗ ਪਏ ਸਭ ਕੁਝ ਉਹਦੀਆਂ ਅੱਖਾਂ 'ਚ ਚਿੱਤਰਿਆ ਹੋਇਆ ਸੀ ਸਾਰਾ ਦਿਨ ਉਹ ਆਪਣੇ ਆਪ ਨੂੰ ਸਜਾਉਂਦੀ ਰਹਿੰਦੀ ਪਾਊਡਰ ਤੇ ਪੋਚੇ ਮੂੰਹ ਤੇ ਮਾਰਦੀ ਅੱਖਾਂ ਨੂੰ ਕਜਲਾਂਦੀ ਭਵਾਂ ਨੂੰ ਛੇੜਦੀ ਬੁੱਲੀਆਂ ਨੂੰ ਜਿੱਥੋਂ ਤੱਕ ਉਹਦਾ ਕੁਆਰਾਪਾਣਾ ਇਜਾਜ਼ਤ ਦਿੰਦਾ ਸੁਰਖਾਂਦੀ ਦੂਰੋਂ ਵੇਖ-ਵੇਖ ਉਹ ਸ਼ੀਸ਼ੇ ਦੇ ਨਜ਼ਦੀਕ ਆ ਵੇਖਦੀ ਕਦੀ ਸੱਜੇ ਚੁੱਕਦੀ ਕਦੀ ਖੱਬੇ ਫਿਰਦੀ ਅਖੀਰ ਬਾਹਰ ਆਣ ਤੋਂ ਪਹਿਲਾਂ ਇੰਨੇ ਵੱਡੇ ਸ਼ੀਸ਼ੇ ਦੇ ਫਰੇਮ ਨੂੰ ਫੜਿੰਝ ਵੇਖਦੀ ਜਿਸ ਤਰ੍ਹਾਂ ਉਹਦੀਆਂ ਅੱਖਾਂ ਪੁੱਛ ਰਹੀਆਂ ਹਾਂ ਕਿਉਂ ਹੈ ਕੋਈ ਮੇਰੇ ਜੀ ਕੁੜੀਏ ਸਾਰੇ ਲੰਬ-ਚੰਬ ਵਿੱਚ ਤੇ ਸ਼ੀਸ਼ੇ ਵਿੱਚ ਦੀ ਮੂਰਤ ਮੁਸਕਰਾ ਪੈਂਦੀ। ਕਵਲ ਨੌਜਵਾਨ ਕਾਲਜ ਦਾ ਮੁੰਡਾ ਸੀ। ਉਹਦਾ ਸੁਹੱਪਣ ਉਹਦੇ ਸਡੌਲ ਡੋਲਿਆਂ ਵਿੱਚ ਸੀ। ਬੇਪਰਵਾਹੀ ਨਾਲ ਪਾਏ ਟੈਨਿਸ ਦੇ ਕੋਰਟ ਵਿੱਚ ਹੀ ਸੀ। ਜਿਹਦੇ ਕਾਲਰ ਉਂਝ ਦੀ ਉਂਝ ਹਮੇਸ਼ਾ ਉੱਠੀ ਰਹਿੰਦੀ। ਉਹਦੇ ਵਾਲ ਆਪਣੀ ਥਾਂ ਤੋਂ ਖੜੇ ਹੋਏ ਉਹਦੇ ਚਿਹਰੇ ਤੇ ਢਿਲ ਗਰੇ ਹੁੰਦੇ। ਸਸਤੀ ਤੋਂ ਸਸਤੀ ਦਸੂਤੀ ਦਾ ਕੋਰਟ ਤੇ 6 ਹਾਨੇ ਗਜ਼ ਲੁਧਿਆਣੇ ਦੀ ਪਤਲੂਨ ਉਹਦੇ ਕੀਮਤੀ ਕੱਪੜਿਆਂ ਤੋਂ ਕਾਹਲੀ ਪਈ ਹੋਈ ਸੀ ਅਮੀਰੀ ਪਾਉਂਦੀ ਕਦੇ ਅਵੇਰੇ ਕਦੇ ਸਵੇਰੇ ਕਦੇ ਵਕਤ ਸਿਰੋਂ ਨਾ ਆਉਂਦਾ ਇਹ ਵੀ ਇੱਕ ਰਾਜ਼ ਸੀ ਉਹਦੇ ਸੋਜਵਾ ਉਹਦੀ ਕਮੀਜ਼ ਦੇ ਉਤਲੇ ਬਟਨ ਹਮੇਸ਼ਾ ਖੁੱਲੇ ਹੁੰਦੇ ਜਾਂ ਟੁੱਟੇ ਹੁੰਦੇ ਸਾਰਾ ਸਾਰਾ ਦਿਨ ਸ਼ੀਸ਼ੇ ਅੱਗੇ ਖੜੀ ਉਹ ਤਿਆਰ ਹੁੰਦੀ ਰਹਿੰਦੀ ਸ਼ਾਮੀ ਉਹ ਆਉਂਦਾ ਉਸ ਵਾਲੇ ਇੱਕ ਨਜ਼ਰ ਵੇਖ ਲਾਂਦਾ ਮਿੱਤਰਾਂ ਨੂੰ ਇੰਜ ਲੱਗਦਾ ਜਿਸ ਤਰ੍ਹਾਂ ਉਹਦੀ ਸਾਰੀ ਮਿਹਨਤ ਕਬੂਲੀ ਗਈ ਹੋਵੇ ਮੋੜ-ਮੋੜ ਉਸ ਦੇਨੂੰ ਉਹਨੂੰ ਆਪਣੇ ਕਾਂਟੇ ਚੁੱਭਦੇ ਜਦੋਂ ਮਹਿਸੂਸ ਕਰਦੀ ਕਬਲ ਨੇ ਉਹਦੇ ਨਵੇਂ ਖਰੀਦੇ ਜੋੜੇ ਦੀ ਦਾਦ ਨਹੀਂ ਦਿੱਤੀ ਟੈਨਿਸ ਖੇਡਦਿਆਂ ਖੇਡਦਿਆਂ ਕਬਲ ਦਾ ਭਾਰੀ ਰੈਕੇਟ ਉਹਨੂੰ ਹਲਕਾ ਲੱਗਦਾ ਆਪਣੇ ਫੁੱਲ ਵਰਗੇ ਹਲਕੇ ਰੈਕੇਟ ਤੋਂ ਉਹਦਾ ਦਿਲ ਕਾਲਾ ਪੈਂਦਾ ਕਦੀ ਕਦੀ ਜਾਣਬੁੱਝ ਕੇ ਉਹ ਗੇਂਦ ਨੂੰ ਜ਼ੋਰ ਨਾਲ ਉਲਾਰਦੀ ਤੇ ਦੂਰ ਸੁੱਟ ਪਾਉਂਦੀ ਖਟਿਆਂ ਦੇ ਬੂਟਿਆਂ ਵਿੱਚ ਲੱਖ ਲੱਖ ਤਾਈ ਉੱਗੇ ਘਾਹ ਚ ਉਲੱਭਦੇ ਖੜੀ-ਖੜੀ ਇੱਕ ਦੂਜੇ ਦੇ ਹੱਥਾਂ ਨੂੰ ਟੋਹਦੇ ਪਰ ਗੇਂਦ ਨੂੰ ਨਾ ਟੋਲ ਸਕਦੇ ਮੈਂ ਤੇਰੀ ਹਾਂ ਕਮਲ ਮੈਂ ਤੇਰੀ ਹਾਂ ਕਮਲ ਮੈਂ ਤੇਰੀ ਰਵਾਂਗੀ ਹਮੇਸ਼ਾ ਕਦੀ ਕਦੀ ਉਹ ਦੀ ਬਾਹ ਨੂੰ ਫੜ ਕੇ ਨਿਸ਼ਚਾ ਦਿਵਾਉਂਦੀ ਕਬਲ ਮੋਨ ਉਸ ਵੱਲ ਵੇਖ ਕੇ ਮੁਸਕਰਾ ਚੜਦਾ ਇਓ ਲੱਗਦਾ ਤੁਹਾਨੂੰ ਮੇਰੀਆਂ ਗੱਲਾਂ ਤੇ ਜ਼ਰਾ ਇਤਬਾਰ ਨਹੀਂ ਕਿਉਂ ਇਹੀ ਗੱਲ ਐ ਨਾ ਉਹ ਫੇਰ ਕਹਿੰਦੀ ਉਸ ਵੱਲ ਬਸ ਵੇਖ ਛੜਦਾ ਤੁਸੀਂ ਯਕ ਠੰਡੇ ਹੋ ਅਖੀਰ ਮਿੱਤਰਾਂ ਨੂੰ ਛੇੜਦੀ ਖੱਟੀਆਂ ਦੀ ਬਾੜ ਪਿੱਛੇ ਪਾਲਕ ਦੀਆਂ ਕਿਆਰੀਆਂ ਦੇ ਬੰਨੇ ਤੇ ਬੈਠੇ ਜੋੜੇ ਦੇ ਮਸਮਸਾਂ ਦਿਸਦੇ ਸਿਰ ਕੋਚਰਲੇ ਲੁਕ ਜਾਂਦੇ ਮੈਂ ਕਿਸੇ ਨਾਲ ਕੋਈ ਬੇਇਨਸਾਫੀ ਨਹੀਂ ਕਰ ਰਿਆ ਕਵਲ ਦੇ ਦਿਲ ਵਿੱਚ ਇੱਕ ਡਰ ਸੀ ਮਿੱਤਰਾਂ ਦੇ ਕੰਨਾਂ ਵਿੱਚ ਵੀ ਕੋਈ ਕੰਸੋ ਪਈ ਸੀ ਉਸਮਾਨਵਲ ਵੇਖਦੀ ਫਿਰ ਆਪਣੇ ਸਾਥੀ ਵੱਲ ਤੱਕਦੀ ਉਹਦੀਆਂ ਨਾੜੀਆਂ 'ਚ ਖੂਨ ਹੋਰ ਤੇਜ਼ੀ ਨਾਲ ਦੌੜਦਾ ਉਹ ਆਪਣੇ ਟੱਲੇ ਇਰਾਦੇ ਨੂੰ ਮਹਿਸੂਸ ਕਰਦੀ ਸਾਹਮਣੇ ਬਾੜ 'ਚ ਕਿਚੜੀਆਂ ਦਾ ਜੋੜਾ ਬੈਠਾ ਹੋਇਆ ਝੋਲ-ਮੋਲ ਕਰ ਰਿਹਾ ਸੀ ਦੋਵੇਂ ਮਿੱਤਰਾਂ ਤੇ ਕਬਲ ਉਸ ਵੱਲ ਵੇਖਣ ਲੱਗ ਪਏ ਕਿੰਨਾ ਚਿਰ ਉਹ ਇੱਕ ਦੂਜੇ ਨੂੰ ਪੋਲੀਆਂ-ਪੋਲੀਆਂ ਝੁੰਝਾਂ ਮਾਰਦੇ ਰਹੇ ਸੱਜੇ ਖੱਬੇ ਇੱਕ ਦੂਜੇ ਨਾਲ ਟੁੱਕ-ਟੁੱਕ ਕੇ ਬੈਠਦੇ ਰਹੇ ਅਖੀਰ ਉਤੋਂ ਟਾਲੀ ਦੇ ਰੁਖ ਤੋਂ ਇੱਕ ਹੋਰ ਚਿੜਾ ਆਇਆ ਉਹਨੇ ਪਹਿਲੇ ਕਲਕੂਰ ਕੇ ਵੇਖਿਆ ਚਿੜੀ ਨਵੇਂ ਸਾਥੀ ਦੇ ਨੇੜੇ-ਨੇੜੇ ਹੋਣ ਲੱਗ ਪਈ ਪਹਿਲਾਂ ਜਿਹੜਾ ਕੁਝ ਦਿਨ ਵੇਖਦਾ ਰਿਹਾ ਅਖੀਰ ਰੁੱਟ ਗਿਆ ਜਾਨਿਆਂ ਵਾਰ ਚਿੜੀ ਨੇ ਉਸ ਵੱਲ ਫੇਰ ਵੇਖਿਆ ਉਹ ਕਹਿ ਰਹੀ ਸੀ ਤੂੰ ਵੀ ਚੰਗਾ ਸਹਿ ਪਰ ਕੁਝ ਦਿਨਾਂ ਬਾਅਦ ਕਮਲ ਮਿੱਤਰਾਂ ਦੇ ਡਰ ਸਚਾਈ ਚ ਵੱਟਣ ਲੱਗ ਪਏ। ਇੱਧਰ-ਉੱਧਰ ਚਮਾਂpasse ਘੁਰ-ਘੁਰ ਹੋ ਰਹੀ ਸੀ। ਉਹਦੀ ਆਵਾਜ਼ ਹੋਰ ਉੱਚੀ ਰਹੀ ਹੋਣ ਲੱਗ ਪਈ। ਅਖੀਰ ਅਸਲੀਅਤ ਆਪਣੇ ਸਮੂਹ ਭਿਆਨਕਤਾ ਦੇ ਨਾਲ ਉਹਨਾਂ ਦੇ ਸਾਹਮਣੇ ਆ ਖੜੀ ਹੋਈ। ਕਵਲ ਮੋਨ ਅੱਗੇ ਹੀ ਚੁੱਪ ਸੀ ਹੋਰ ਚੁੱਪ ਹੋ ਗਿਆ। ਮਿੱਤਰਾਂ ਬੜੀ ਅਲੜ ਸੀ। ਇੱਕ ਤੂਫਾਨ ਜਿਹਾ ਉਹਦੇ ਦਿਲ 'ਚ ਆਇਆ। ਇੰਜ ਲੱਗਦਾ ਸੀ ਜਿਵੇਂ ਕੁਝ ਢਾਹ ਸੁੱਟੇ ਕੀ ਕੁਝ ਤੋੜ ਦੇਵੇ। ਇੱਕ ਕਦੀ ਨਹੀਂ ਹੋਏਗਾ ਕਿਉਂ ਦੁਨੀਆ 'ਚ ਪਿਆਰ ਦੀ ਕੋਈ ਥਾਂ ਨਹੀਂ ਕੁੜੀਆਂ ਮੁੰਡਿਆਂ ਦੇ ਕੀਤੇ ਇਕਰਾਰਾਂ ਦੇ ਕੋਈ ਪੁੱਛ ਨਹੀਂ ਸ਼ੀਸ਼ੇ ਦੇ ਸਾਹਮਣੇ ਖੜੀ ਉਹਦੀਆਂ ਸੂਰਤ ਉਹਦੀ ਉਸ ਵਿੱਚ ਦੀ ਮੂਰਤ ਨਾਲ ਉਹ ਗੱਲਾਂ ਕਰਦੀ ਅੱਖੇ ਚੁੰਝਲਾ ਕੇ ਉਹ ਸ਼ੀਸ਼ੇ ਨੂੰ ਦੋਹਾਂ ਪਾਸਿਆਂ ਤੋਂ ਫੜ ਲੈਂਦੀ ਕਿਉਂ ਮਿੱਤਰਾ ਤੂੰ ਕਵਲ ਨੂੰ ਭੁੱਲ ਸਕਦੀ ਹੈ ਕਵਲ ਮੋਹਣ ਵਾਂਗ ਦੁਨੀਆ ਵਿੱਚ ਕੋਈ ਹੋਰ ਸਾਥੀ ਹੋ ਸਕਦਾ ਉਸ ਇਨ ਜਿੰਨੀ ਨਿਗ ਉਸ ਜੱਟਾ ਪਿਆਰ ਕਿਸੇ ਹੋਰ ਛਾਤੀ 'ਚ ਜਨਮ ਸਕਦਾ। ਕੋਈ ਉਹਦਾ ਦਰਵਾਜ਼ਾ ਖਟਖਟਾ ਰਿਹਾ ਸੀ। ਬੀਬੀ ਜੀ ਤੁਹਾਨੂੰ ਬੁਲਾਉਂਦੇ ਨੇ। ਨੁਕਰਾਨੀ ਨੇ ਅੰਦਰ ਆਉਂਦੇ ਹੋਏ ਕਿਹਾ। ਮਿੱਤਰਾ ਨੇ ਇੰਜ ਮਹਿਸੂਸ ਕੀਤਾ ਜਿਵੇਂ ਆਕਾਸ਼ ਵਿੱਚ ਉੱਡ ਰਹੀ ਨੂੰ ਛਾਤੀ ਕਿਸੇ ਫੜ ਕੇ ਹੇਠ ਧਰਤੀ ਤੇ ਪਟਕਾ ਦਿੱਤਾ ਹੋਵੇ। ਕਾਫੀ ਦਿਨ ਚੜ ਚੁੱਕਾ ਸੀ। ਜਦੋਂ ਬਾਹਰ ਆਈ। ਕੁਝ ਅਜੀਬ ਤਰ੍ਹਾਂ ਦਾ ਮੌਸਮ ਸੀ। ਇੱਕ ਪਾਸੇ ਝੜ ਜਾਈ ਸਨ ਇੱਕ ਪਾਸੇ ਧੁੱਪ ਚੜੀ ਸੀ। ਚਮਤਰਫ ਬੱਦਲਾਂ ਦੀ ਠੰਡਕ ਦੇ ਵਿੱਚ ਕਾਰਨਿਕਾ ਜਾਇਕ ਇੱਕ ਧੁੱਪ ਦਾ ਟੋਟਾ ਸੀ ਮਿੱਤਰਾਂ ਨੂੰ ਮੁੜ ਕਮਲ ਯਾਦ ਆ ਗਿਆ ਉਹਨੇ ਮੁੜ ਕੇ ਵੇਖਿਆ ਉਹਨਾਂ ਦੀ ਕੋਠੀ ਤੇ ਸੂਰਜ ਦੀਆਂ ਕਿਰਨਾਂ ਚਮਕ ਰਹੀਆਂ ਸਨ ਆਪਣੀ ਕੋਠੀ ਤੇ ਡੂੰਘੇ ਹੋ ਰੇ ਝੜਾਂ ਦੀ ਠੰਡਕ ਉਹਨੂੰ ਮਹਿਸੂਸ ਕੀਤੀ ਕਾਸ਼ ਜੇ ਕਦੀ ਮੈਂ ਉੱਥੇ ਖੜੀ ਹੋ ਸਕਦੀ ਉਹਨੇ ਦਿਲ ਚ ਕਿਹਾ ਉਹਨਾਂ ਦੀ ਮਮਟੇ ਤੋਂ ਹੁਣ ਹੇਠ ਕਵਲ ਹੋਰਾਂ ਦੇ ਕੋਠੇ ਤੇ ਵੀ ਧੁੱਪ ਆ ਗਈ ਸੀ ਕੁਇਕ ਘੰਟੇ ਬਾਅਦ ਆਪਣੀ ਮਾਂ ਨਾਲ ਉਹ ਮੋਟਰ ਕਾਰ 'ਚ ਬਹਿ ਕੇ ਬਾਹਰ ਚਲੀ ਗਈ। ਉਹਨਾਂ ਦੀ ਰੋਟੀ ਵੀ ਕਿਸੇ ਦੇ ਘਰ ਸੀ। ਸ਼ਾਮ ਨੂੰ ਕੋਈ ਉਹਨਾਂ ਦੇ ਘਰ ਚਾਹ ਲੈ ਆਇਆ। ਮਿੱਤਰਾਂ ਚੁੱਪ ਸੀ। ਇੰਜ ਲੱਗਦਾ ਸੀ ਜਿਵੇਂ ਕਿਸੇ ਡੂੰਗੀ ਸੋਚ ਦੇ ਜਿੱਲਣ 'ਚ ਫਸੀ ਹੋਈ ਹੋਵੇ। ਉਹਦੀ ਮਾਂ ਮੇਜ਼ 'ਤੇ ਠੱਕੜੀ ਮੁਠੀ ਉਹਦੇ ਪੈਰਾਂ ਨਾਲ ਦਬਾਉਂਦੀ। ਅੱਖਾਂ ਨਾਲ ਉਹਨੂੰ ਖੁਸ਼ ਹੋਣ ਲਈ ਇਸ਼ਾਰੇ ਕਰਦੀ ਰਹਿੰਦੀ। ਤੇ ਜਦੋਂ ਉਹ ਆਪਣੇ ਜਦੋਂ ਆਪਣੇ ਕੱਪੜੇ ਬਦਲ ਰਹੀ ਸੀ। ਉਦੀ ਮਾਂ ਨੇ ਆਪ ਕੋਲ ਖਲੋਕੇ ਸਭ ਤੋਂ ਛੋੜੀ ਸਾੜੀ ਉਹਨੂੰ ਪੁਵਾਈ ਖਾਣ ਦੇ ਕਮਰੇ 'ਚ ਵੜਨ ਤੋਂ ਪਹਿਲਾਂ ਉਹਨੇ ਉਹਦੇ ਕੰਨਾਂ 'ਚ ਕੁਝ ਕਿਹਾ ਮਾਂ ਦੀ ਗੱਲ ਤੇ ਮਿੱਤਰਾ ਚੁੰਝਲਾ ਜੀ ਗਈ ਕਿੰਨਾ ਚਿਰ ਉਹ ਚਾਹ ਪੀਂਦੇ ਰਹੇ ਉਸ ਤੋਂ ਬਾਅਦ ਇਧਰ ਉਧਰ ਦੀਆਂ ਵਹਿਲੀਆਂ ਗੱਲਾਂ ਮਾਰਨ ਲੱਗ ਪਏ ਟੈਨਿਸ ਦਾ ਵਕਤ ਲੰਘ ਗਿਆ ਸੀ ਮਿੱਤਰਾ ਮੋੜ-ਮੋੜ ਆਪਣੀ ਬਾਹ ਨਾਲ ਬੱਦੀ ਘੜੀ ਵੱਲ ਵੇਖਦੀ ਗੋਲ ਕਮਰੇ 'ਚ ਲੱਗੇ ਕਲੌਕ ਨੇ 5 ਵਜਾਏ ਜਦੋਂ 5:30 ਵਜਾਏ ਪੋਣੇ ਛੇ ਹੋਣ ਲੱਗ ਪਏ ਉਹ ਗੱਲਾਂ ਕਰਦੇ ਰਹੇ ਕਰਦੇ ਰਹੇ ਅਖੀਰ ਕਿਸੇ ਬਹਾਨੇ ਉਹ ਕੁਛ ਚਿਰ ਲਈ ਬਾਹਰ ਆਈ ਕਮਲ ਉਹ ડીਕੂ ડીਕੇ ਵਾਪਸ ਜਾ ਰਹੀ ਸੀ ਉਹ ਕਾਫੀ ਦੂਰ ਜਾ ਚੁੱਕਾ ਸੀ ਮਿੱਤਰ ਨੇ ਹਕਮ ਨੂੰ ਬੁਲਾਇਆ ਹੁਕਮ ਜਨਾਬ ਨੌਕਰ ਦੌੜਦਾ ਹੋਇਆ ਬਾਹਰ ਗੇਟ ਵੱਲ ਅੱਖਾਂ ਤੋਂ ਉੱਲੇ ਹੋ ਚੁੱਕੇ ਕਮਲ ਮੋਨ ਵੱਲ ਦੇਖ ਰਹੀ ਸੀ ਅਖੀਰ ਉਹਨੇ ਨੌਕਰ ਵੱਲ ਖਾਲੀ ਜਿਹੀਆਂ ਨਜ਼ਰਾਂ ਨਾਲ ਤੱਕਿਆ ਹਾ ਹਾਂ ਮੈਂ ਕਿਹਾ ਢੇਰ ਰਾਤ ਗਈ ਮਿੱਤਰ ਆਪਣੇ ਬਿਸਤਰੇ ਤੇ ਬੈਠੀ ਸੋਚਦੀ ਰਹੀ ਅਜੀਬ ਜਿhko ਤਕੋ ਸੀ ਜਿਸ ਵਿੱਚ ਉਹ ਫਸੀ ਹੋਈ ਸੀ ਉਹਨੂੰ ਇੰਜ ਲੱਗਦਾ ਜਿਸ ਤਰ੍ਹਾਂ ਦੇ ਵਖ ਵਖ ਤਾਕਤਾ ਉਹਨੂੰ ਆਪਣੇ ਵੱਲ ਖਿੱਚ ਰਿਆਂ ਸਨ ਦੋ ਫਾੜ ਕਰਕੇ ਇਹ ਰਹਿਣ ਗਿਆ ਉਹਦੀ ਸਮਝ ਉਹਦੀ ਸੂਝ ਉਹਦਾ ਜਜ਼ਬਾ ਸਾਰੇ ਦੇ ਸਾਰੇ ਦੋ ਹਿੱਸਿਆਂ 'ਚ ਵੰਡੇ ਪਏ ਸਨ ਇੱਕੋ ਜਿੰਨੀਆਂ ਦੋਵੇਂ ਤਰ੍ਹਾਂ ਜ਼ੋਰਦਾਰ ਸਨ ਉਹਨੂੰ ਇੰਜ ਪਾਸ ਦਾ ਉਹਨਾਂ ਦੀ ਕਸ਼ਮਕਸ਼ ਉਹਦੀ ਸ਼ਖਸੀਅਤ ਨੂੰ ਫਿੱਤਾਫੀਤਾ ਕਰ ਦੇਗੀ ਬਿਸਰੇ ਨੇ ਬੈਠੀ ਉਹਦਾ ਸਿਰ ਭਾਰੀ ਹੋਣ ਲੱਗ ਪਿਆ ਉਹਦਾ ਦਿਮਾਗ ਚੱਕਰ ਖਾਣ ਲੱਗ ਪਿਆ ਤੇ ਸਾਹਮਣੇ ਉਹਦੇ ਸਾਹਮਣੇ ਕੋਈ ਮੂਰਤ ਆਉਂਦੀ ਉਹ ਆਪਣੀ ਅੱਖਾਂ ਨੂੰ ਬੰਦ ਕਰ ਲੈਂਦੀ ਮੱਕੜੀ ਦੇ ਜਾਲਿਆਂ ਵਾਂਗ ਅਸਲੀਅਤ ਚਮਾਂ ਪਾਸਿਆਂ ਤੋਂ ਉਹਨੂੰ ਘੇਰਦੇ ਹੱਥਾਂ ਨਾਲ ਉਹਨੂੰ ਪਰੇ-ਪਰੇ ਹਟਾਉਂਦੀ। ਉਹਨੇ ਵੇਖਿਆ ਛੱਤ ਤੋਂ ਲਟਕ ਰਹੇ ਬਿਜਲੀ ਦੇ ਲੈਂਪ ਦੇ ਗਿਰਦ ਤਤੰਗੇ ਸਨ। ਇੱਕ ਉਸ ਨਾਲ ਚਿੰਟਿਆ ਹੋਇਆ ਸੀ, ਇੱਕ ਉਹਦੇ ਨਾਲ ਖਿਸਰ ਰਿਹਾ ਸੀ। ਮਿੱਤਰਾਂ ਦਾ ਸਾਰੇ ਦਾ ਸਾਰਾ ਸਰੀਰ ਕੰਬ ਗਿਆ ਗਿਆ। ਉਹ ਫਲੰਗ ਤੋਂ ਉੱਠੀ, ਦਰਵਾਜ਼ੇ ਵੱਲ ਦੌੜ ਪਈ। ਦਰਵਾਜ਼ਾ ਬੰਦ ਸੀ। ਸ਼ੀਸ਼ਿਆਂ ਵਿੱਚ ਉਹਨੇ ਵੇਖਿਆ ਚੰਨ ਚਾਨਣੀ ਰਾਤ ਨੂੰ ਅਜੀਬ ਸੁਹਾਵਣਾ ਬਣਾਈ ਹੋਏ ਸੀ। ਰਾਤ ਕਿੰਨੀ ਪਿਆਰੀ ਸੀ, ਚੌਕੀਦਾਰ ਕਿੰਨਾ ਭੈੜਾ ਸੀ। ਜਦੋਂ ਆਕੇ ਮਿੱਤਰਾਂ ਫੇਰ ਆਪਣੇ ਬਿਸਤਰੇ ਵੱਲ ਮੁੜੀ ਆਦਮ ਕੱਦ ਸ਼ੀਸ਼ੇ ਵਿੱਚੋਂ ਨੇ ਆਪਣੀ ਦੀਵਾਨੀ ਜੀ ਹਾਲਤ ਨੂੰ ਵੇਖਿਆ ਦੌੜ ਕੇ ਉਹਨੇ ਸ਼ੀਸ਼ੇ ਨੂੰ ਦੋਹਾਂ ਪਾਸਿਆਂ ਤੋਂ ਫੜ ਲਿਆ ਕੀ ਕਰੇਂਗੀ ਤੂੰ ਉਹਨੇ ਸ਼ੀਸ਼ੇ ਵਿੱਚ ਦੀ ਮੂਰਤ ਤੇ ਪੁੱਛਿਆ ਫਿਰ ਉਹ ਚੁੱਪ ਹੋ ਗਈ ਅਖੀਰ ਬੋਲਦੀ ਕਿਉਂ ਨਹੀਂ ਕਵਲ ਨੂੰ ਤੂੰ ਪਿਆਰ ਕਰਦੀ ਹੈ ਆਪਣੀ ਮਾਂ ਨੂੰ ਤੂੰ ਉਨਾ ਹੀ ਸਤਕਾਰ ਕਰਦੀ ਹੈ ਕਵਲ ਨੂੰ ਤੂੰ ਨਾ ਨਹੀਂ ਕਰ ਸਕਦੀ ਮਾਂ ਦੀ ਗੱਲ ਨੂੰ ਤੂੰ ਮੋੜ ਨਹੀਂ ਸਕਦੀ ਇਹੋ ਹੀ ਹੈ ਨਾ ਤੇਰੀ ਮੁਸ਼ਕਿਲ ਵੇਖ ਮੈਂ ਫੈਸਲਾ ਕਰਦੀ ਹਾਂ ਤੂੰ ਆਪਣੇ ਆਪ ਨੂੰ ਮਿੱਤਰਾ ਦੇ ਜ਼ੋਰ ਦੇਣ ਦਾ ਇੱਕ ਮੁੱਕਾ ਸ਼ੀਸ਼ੇ ਨੂੰ ਮਾਰਿਆ ਸ਼ੀਸ਼ਾ ਮਜ਼ਬੂਤ ਸੀ ਉਹਨੇ ਉਹਨਿ ਕੁਛ ਨਾ ਹੋਇਆ ਪਰ ਉਸ ਦੇ ਇੱਕ ਕੁੜੀ ਦੇ ਹੱਥ ਨੂੰ ਡਾਢੀ ਸੱਟ ਲੱਗੀ ਦਰਦ ਨਾਲ ਉਹ ਕੰਬ ਗਈ ਤੇ ਬਉਰਾਣੀ ਜੀ ਪਲੰਗ ਤੇ ਚੁਫਾਲ ਡਿੱਗ ਪਏ ਸਵੇਰੇ ਮਿੱਤਰਾ ਉੱਠੀ ਜਿਨ੍ਹਾਂ ਉਹਦੀ ਦੁਨੀਆ ਵਿੱਚ ਰਾਤੀ ਤੂਫਾਨ ਆਇਆ ਸੀ ਉਨੀ ਜ਼ਿਆਦਾ ਹੁਣ ਉਹ ਚੁੱਪ ਤੇ ਗੰਭੀਰ ਸੀ ਜਿਸ ਤਰ੍ਹਾਂ ਬਾਰਿਸ਼ ਦੇ ਬਾਅਦ ਸਭ ਚੀਜ਼ਾਂ ਨਾਤੀਆਂ ਧੋਤੀਆਂ ਲੱਗਦੀਆਂ ਇਨ ਬਿਨ ਇੰਜੀ ਆਪਣੇ ਦਿਲ ਨੂੰ ਉਹ ਹੌਲਾ ਫੁੱਲ ਮਹਿਸੂਸ ਕਰ ਰਹੀ ਸੀ ਰਾਤ ਦੀ ਗੱਲ ਸਾਰੀ ਦੀ ਸਾਰੀ ਪਲਤੀ ਜਿਉ ਨੂੰ ਚੇਤੇ ਸੀ ਪਰਿੰਝ ਲੱਗਦਾ ਸੀ ਜਿਵੇਂ ਉਹਦੇ ਦਿਲ ਸਾਗਰ ਵਿੱਚ ਲੜ ਰਹੀਆਂ ਲਹਿਰਾਂ ਢਿੜ-ਢਿੜ ਕੇ ਨਿਸਲ ਤੈ ਪਈਆਂ ਹੋਣ ਉਹਦੀ ਮੁਸ਼ਕਿਲ ਦਾ ਹੱਲ ਡੂੰਘਾ ਨਾ ਚੁੱਤਰ ਕੇ ਆਪ ਹੀ ਆਪ ਉੱਤੇ ਆ ਗਿਆ ਸੀ ਉਹਨੇ ਮੈਂ ਤੇਰੀ ਜਿੰਦ ਜਾਨ ਹਾਂ ਉੱਥੇ ਮੈਂ ਆਪਣੀ ਮਾਂ ਦੀ ਧੀ ਵੀ ਹਾਂ ਮੈਂ ਤੈਨੂੰ ਆਪਣਾ ਦਿਲ ਦਿੱਤਾ ਹੈ ਪਰ ਜੋ ਮੇਰਾਸੀ ਮੇਰੇ ਸਰੀਰ ਵਿੱਚ ਮੇਰੀ ਮਾਂ ਦਾ ਉਹ ਜਿਹਨੂੰ ਚਾਏ ਕਮਲ ਮੇਨ ਹੁਣ ਕਦੇ-ਕਦੇ ਉਹਨਾਂ ਦੀ ਕੋਠੀ ਆਉਂਦਾ ਸੀ ਘਰ ਵਾਲਿਆਂ ਦੇ ਗਿਆਨ 'ਚ ਇਕੱਲਿਆਂ ਨਾ ਬੈਠ ਸਕਦੇ ਸੀ ਨਾ ਬੈਠਣਾ ਚਾਹਦੇ ਸੀ ਪਰ ਕਈ ਵਾਰ ਕਈ ਕਦੀ ਜਦੋਂ ਬਾਹਰ ਗਏ ਹੁੰਦੇ ਤਾਂ ਮਿਲਦੇ ਇੱਕ ਦੂਜੇ ਨੂੰ ਸਹਿ ਕਰੀਆਂ ਜਵਾਨੀਆਂ ਕੋਲੋਂ ਕੋਈ ਨਾ ਕੋਈ ਜ਼ਿਆਪਤੀ ਹੋ ਜਾਂਦੀ ਇਸ ਤਰ੍ਹਾਂ ਮਿੱਤਰਾਂ ਸੀ ਜਦੋਂ ਉਹਦੀ ਮੰਗਣੀ ਹੋਈ ਇਸ ਤਰ੍ਹਾਂ ਦੀ ਉਹ ਰਹੀ ਆਪਣੇ ਵਿਆਹ ਤੋਂ ਬਾਅਦ ਜਿਹੜੀ ਥਾਂ ਆਪਣੇ ਦਿਲ ਵਿੱਚੋਂ ਨੇ ਕਮਲ ਨੂੰ ਦਿੱਤੀ ਸੀ ਉਹਨੂੰ ਉਹਦਾ ਪਤੀ ਬਿਲਕੁਲ ਨਾ ਪਾਇਆ ਜਿੰਨਾ ਚਿਰ ਇੰਨਾ ਫਰਕ ਜ਼ਰੂਰ ਹੋਏ ਸੀ ਕਿ ਉਹਨੂੰ ਉਹਦਾ ਪਤੀ ਬਿਲਕੁਲ ਨਾ ਜਿੱਤ ਸਕਿਆ ਉਹਦੀ ਸੂਝ ਉਹਦੀਆਂ ਜ਼ਿੰਮੇਵਾਰੀਆਂ ਤੇ ਉਹਦੀ ਹਮੇਸ਼ਾ ਚੇਤਨ ਰੱਖਦੀ ਕੁਆਰਿਆਂ ਜਿਸ ਤਰ੍ਹਾਂ ਆਪਣੀ ਮਾਂ ਦੀ ਇੱਕ ਆਗਿਆ ਕਰਦੀ ਸੀ ਵਿਆਹ ਤੋਂ ਬਾਅਦ ਆਪਣੇ ਪਤੀ ਦੀ ਉਹ ਵਫਾਦਾਰ ਪਤਨੀ ਬਣਨ ਦੀ ਹਰ ਕੋਸ਼ਿਸ਼ ਕਰਦੀ ਆਪਣੇ ਫਰਜ਼ ਨੂੰ ਹਮੇਸ਼ਾ ਚੇਤੇ ਰੱਖਦੀ ਆਪਣੇ ਪਤੀ ਸੁਰੇਸ਼ ਨੂੰ ਉਹ ਪੂਰਾ ਪਿਆਰ ਦਿੰਦੀ ਤੇ ਕਈ ਵਾਰ ਦਿਲੋਂ ਕੋਸ਼ਿਸ਼ ਕਰਦੀ ਕਿਸੇ ਤਰ੍ਹਾਂ ਕਮਲ ਨੂੰ ਭੋਲੇ ਜਾਏ ਪਰ ਜਦੋਂ ਵੀ ਉਹਨੂੰ ਵੇਖਦੀ ਉਲਟੀ ਆਪਣੇ ਆਪ ਨੂੰ ਭੁੱਲ ਜਾਂਦੀ ਸੁਰੇਸ਼ ਦੀ ਸਾਦਗੀ ਸੰਜੀਦਗੀ ਤੇ ਗਲ-ਗਲ ਤੇ ਉਹਦੇ ਲਈ ਕੁਰਬਾਨੀ ਨੂੰ ਵੇਖ ਕੇ ਉਹ ਆਪਣੇ ਦਿਲ ਨਾਲ ਫੈਸਲਾ ਕਰਦੀ ਮੈਂ ਕਦੀ ਕੇਵਲ ਨੂੰ ਨਹੀਂ ਮਿਲਾਂਗੀ ਉਹਨੂੰ ਕਦੀ ਚਿੱਠੀ ਨਹੀਂ ਲਿਖਾਂਗੀ ਉਹਨੂੰ ਬਿਲਕੁਲ ਭੁੱਲ ਜਾਵਾਂਗੀ ਪਰ ਸਾਰੀ ਸਾਰੀ ਰਾਤ ਸੁਪਨਿਆਂ ਵਿੱਚ ਕਮਲ ਦੇ ird gird ਇੱਕ ਭੌਰੇ ਵਾਂਗੂ ਘੁੰਮਦੀ ਰਹਿੰਦੀ ਤੇ ਜਦੋਂ ਇਕੱਲੀ ਹੁੰਦੀ ਜਿੰਨੀ ਵੀ ਉਹ ਕੋਸ਼ਿਸ਼ ਕਰਦੀ ਕਿੰਨਾ ਚਿਰ ਕਮਲ ਨਾਲੋਂ ਬੈਠੀ ਰਹਿੰਦੀ ਉਹਦੇ ਸਾਹਮਣੇ ਉਹਨੂੰ ਆਪਣੇ ਕੁੱਲ ਫਰਜ਼ ਭੁੱਲ ਜਾਂਦੇ ਮੇਰੇ ਦਿਲ ਨੇ ਇਹਨੂੰ ਬਰਿਆ ਹੋਇਆ ਉਹ ਆਪਣੇ ਆਪ ਨੂੰ ਕਹਿੰਦੀ சுரேਸ਼ ਮੇਰੀ ਮਾਂ ਦਾ ਚੁਣਿਆ ਮੇਰੀ ਸੋਸਾਇਟੀ ਦਾ ਦਿੱਤਾ ਮੇਰਾ ਪਤੀ ਹੈ ਕਵਲ ਨੂੰ ਮੈਂ ਲੱਭਿਆ ਮੈਂ ਅਪਣਾਇਆ ਮੈਂ ਇਸੇ ਦੀਆਂ ਅਸਲੋਂ ਇਹ ਖਿਆਲ ਆਉਂਦੀ ਉਹ دیਵਾਨੀ ਜੀ ਹੋ ਜਾਂਦੀ ਤੇ ਉਹਦੀਆਂ ਬਾਹਾਂ ਵਿੱਚ ਆਪਣੇ ਆਪ ਨੂੰ ਸੁੱਟ ਪਾਉਂਦੀ ਕੁ ਡੇਢ ਸਾਲ ਬਾਅਦ ਮਿੱਤਰਾਂ ਦੇ ਘਰ ਇੱਕ ਬੱਚਾ ਹੋਇਆ ਜਦੋਂ ਕੁਆਰੀ ਸੀ ਉਹ ਨਿਰੋਲ ਕਮਰਦੀ ਸੀ ਵਿਆਹ ਹੋਣ ਤੋਂ ਬਾਅਦ ਕਦੀ ਕਦੀ ਕਮਰਦੀ ਹੋ ਜਾਂਦੀ ਇੰਜ ਲੱਗਦਾ ਸੀ ਉਹਨੇ ਆਪਣੇ ਦਿਲ ਚ ਕੇ ਬਦਲ ਉਹਨੇ ਆਪਣੇ ਦਿਲ ਚ ਕਮਲ ਲਈ ਵਕਤ ਤੇ ਆਪਣਾ ਆਪਣੇ ਪਤੀ ਲਈ ਵੱਖ ਖਾਣਾ ਬਣਾ ਲਿਆ ਸੀ ਪਤੀ ਦੇ ਪਿਆਰ ਚ ਕਮਲ ਦਾ ਇਸ਼ਕ ਬਿਲਕੁਲ ਨਹੀਂ ਸੀ ਦਖਲ ਦਿੰਦਾ ਦੋ ਵੱਖ-ਵੱਖ ਸੰਸਾਰ ਸਨ ਜਦੋਂ ਇੱਕ ਵਿੱਚ ਹੁੰਦੀ ਉਹ ਦੂਜੇ ਨੂੰ ਨਾ ਯਾਦ ਕਰਦੀ ਤੇ ਜਦੋਂ ਦੂਜਾ ਹੁੰਦਾ ਤਾਂ ਪਹਿਲੇ ਨੂੰ ਭੁਲਾ ਦਿੰਦੀ ਬੱਚਾ ਉਦੋਂ ਤਕਰੀਬਨ 2 ਮਹੀਨੇ ਦਾ ਹੋਇਆ ਜਦੋਂ ਇੱਕ ਦਿਨ ਮਿੱਤਰਾਂ ਨੇ ਕਵਲਮੂਨ ਨੂੰ ਸਾਰੇ ਦਾ ਸਾਰਾ ਦਿਨ ਉਸ ਨਾਲ ਬਿਤਾਉਣ ਲਈ ਸੱਦਿਆ ਸੁਰੇਸ਼ ਕਿਸੇ ਕੰਮ ਸ਼ਹਿਰੋਂ ਬਾਹਰ ਗਿਆ ਸੀ ਇਕੱਠੀ ਉਹਨਾਂ ਨੇ ਦੁਪਹਿਰ ਦੀ ਰੋਟੀ ਖਾਧੀ ਸ਼ਾਮ ਨੂੰ ਚਾਹ ਵੀ ਟਰਲ ਕੇ ਪੀਤੀ ਤੇ ਕਮਲ ਨੂੰ ਮਿੱਤਰਾਂ ਦਾ ਬੇਬੀ અત્યੰਤ ਪਿਆਰਾ ਲੱਗਦਾ ਸੀ ਕੋਈ ਜਮਾਤੀ ਉਹਨੂੰ ਵੇਖ-ਵੇਖ ਉਤੋਂ ਰੱਜਿਆ ਨਾ ਜਾਂਦਾ ਬੇਬੀ ਵੀ ਉਸ ਵੱਲ ਵੇਖ ਕੇ ਘਟਕਦਾ ਸਾਰਾ ਸਾਰਾ ਦਿਨ ਉਸੇ ਤਰ੍ਹਾਂ ਹੱਸਦੇ ਖੇਡਦੇ ਰਹੇ ਸ਼ਾਮੀ ਜਦੋਂ ਆਉਣ ਲੱਗਿਆ ਕਮਲ ਨੇ ਬੇਬੀ ਨੂੰ ਆਖਰੀ ਵਾਰ ਚੁੱਕ ਕੇ ਪਿਆਰ ਚ ਚੁੰਮਿਆ ਮਿੱਤਰਾਂ ਉਹਦੇ ਵੱਲ ਵੇਖ ਰਹੀ ਸੀ ਉਹਦੇ ਦਿਲ 'ਚ ਕੋਈ ਚਲਕਾਰਾ ਵੱਜਿਆ ਸਿਰ ਤੋਂ ਲੈ ਕੇ ਪੈਰਾਂ ਤੱਕ ਉਹ ਸਾਰੀ ਦੀ ਸਾਰੀ ਕੰਬ ਗਈ ਕਮਲ ਬੱਚੇ ਨੂੰ ਨਾਲ ਕਮਲ ਬੱਚੇ ਨਾਲ ਮਸਤ ਸੀ ਮਿਤਰਾਉ ਨੂੰ ਕੋਈ ਤਬਦੀਲੀ ਮਹਿਸੂਸ ਨਾ ਕੀਤੀ 베ਬੀ ਨੂੰ ਵਾਪਸ ਦਿੰਦੇ ਹੋਏ ਉਹਨੇ ਫੇਰ ਉਹਨੂੰ ਚੁੰਮਿਆ 베ਬੀ ਦੀ ਮਾਂ ਨੂੰ ਚੁੰਮਿਆ ਤੇ ਚਲਾ ਗਿਆ ਆਨ ਹੋਏ ਲਈ ਮਿਤਰਾ ਉਸ ਨੂੰ ਅਤ ਉਦਾਸ ਤੇ ਘਬराई ਜੀਂਦਾ ਦਿੱਤਾ ਪਰ ਉਹਦੀ ਇਸ ਚੁੱਪ ਵੱਲ ਕਮਲ ਨੇ ਕੋਈ ਧਿਆਨ ਨਾ ਦਿੱਤਾ ਪੌੜੀਆਂ ਤੋਂ ਹੇਠਾਂ ਲੈ ਗਿਆ ਉਦੀ ਮੋਟਰਸਾਈਕਲ ਦੇ ਸਟਾਰਟ ਹੋਣ ਦੀ ਆਵਾਜ਼ ਆਈ ਉਹਦੇ ਚੱਲਣ ਦੀ ਆਵਾਜ਼ ਆਈ ਅਖੀਰ ਉਹ ਦੂਰ ਚਲੀ ਗਈ ਮਿੱਤਰਾ ਉੱਥੇ ਦੀ ਉੱਥੇ ਖੜੀ ਰਹੀ ਲੱਗਦਾ ਸੀ ਜਿਵੇਂ ਉਹਦੇ ਸਿਰ ਤੇ ਫਿਕਰਾਂ ਦਾ ਪਹਾੜ ਜਿਆ ਆਪਿਆ ਹੋਵੇ ਜਿਸ ਹੇਠ ਉਹ ਦੱਬੀ ਜਾ ਰਹੀ ਸੀ ਮਿੱਤਰਾ ਦੇ ਅੰਦਰ ਸ਼ੁਦਾ ਦੀ ਇੱਕ ਲਹਿਰ ਜੀ ਤੋੜ ਗਈ ਬੱਚੇ ਸਮੇਤ ਉਹ ਦੌੜ ਕੇ ਗੋਲ ਕਮਰੇ ਚ ਸੋਫੇ ਤੇ ਜਾ ਠੱਠੀ ਕਿੰਨਾ ਚਿਹro ਇਸ ਤਰ੍ਹਾਂ ਪਈ ਰਹੀ ਜ਼ਰਾ ਜ਼ਰਾ ਹਨੇਰਾ ਹੋ ਗਿਆ ਸੀ ਅਖੀਰ ਜਦੋਂ ਉੱਠੀ છાતી ਨਾਲ ਲੱਗਾ ਬੱਚਾ ਸੌਂ ਚੁੱਕਾ ਸੀ ਮਿੱਤਰਾਂ ਨੇ ਉਹਨੂੰ ਸੋਫੇ ਤੇ ਲਟਾ ਦਿੱਤਾ ਬਿਜਲੀ ਜਗਾ ਖੰਪੜ-ਖੰਪੜ ਉਹਦੇ ਮਹਾਂਦਰੇ ਵੱਲ ਵੇਖਣ ਲੱਗ ਪਈ ਕਦੇ ਉਹਨੂੰ ਸੱਜੇੋਂ ਤੱਕਦੀ ਕਦੇ ਖੱਬੇੋਂ ਬੇਬੀ ਦੇ ਚਿਹਰੇ 'ਚ ਉਹਨੂੰ ਕੋਈ ਚੀਜ਼ ਦਿਸਦੀ ਜਿਹਨੂੰ ਉਹ ਵੇਖਣਾ ਨਹੀਂ ਸੀ ਚਾਹੁੰਦੀ ਅਖੀਰ ਉਹਦੇ ਉਹਨੇ ਦੀਵਾਰ ਤੇ ਲੱਗੀ சுரேਸ਼ ਦੀ ਤਸਵੀਰ ਵੱਲ ਵੇਖਿਆ ਫਿਰ ਬੇਬੀ ਵੱਲ ਬੱਚੇ ਦੀ ਮਾਸੂਮ ਸੁੱਤੀ ਤਸਵੀਰ ਤੇ ਆਪਣੇ ਪਤੀ ਦੀ ਦੀਵਾਰ ਨਾਲ ਲਟਕੀ ਤਸਵੀਰ ਵਿੱਚ ਉਹਨੂੰ ਇੱਕ ਨਕਸ਼ ਵੀ ਸਾਝਾ ਨਜ਼ਰ ਆਇਆ ਉਠੀ ਉਹਨੇ ਪੌੜੀਆਂ ਦਾ ਦਰਵਾਜ਼ਾ ਬੰਦ ਕਰ ਲਿਆ ਸੂਟਕੇਸ ਦੇ ਸਭ ਤੋਂ ਹੇਠ ਪਏ ਕਿਸੇ ਕੱਪੜੇ ਦੀ ਤਹਿ ਚ ਉਹਨੇ ਕਮਲ ਦੀ ਇੱਕ ਫੋਟੋ ਲੁਕਾਈ ਹੋਈ ਸੀ ਉਹਨੂੰ ਕੱਢੋ ਗੋਲ ਕਮਰੇ ਚ ਆਈ ਬੇਬੀ ਦੇ ਮੂੰਹ ਕੋਲ ਉਸ ਤਸਵੀਰ ਨੂੰ ਉਸ ਰੱਖ ਦਿੱਤਾ ਬੱਚੇ ਦੇ ਮੱਥੇ ਦੀ ਬਨਾਵਟ ਕਮਲ ਮੋਨ ਦੇ ਮੱਥੇ ਵਾਂਗ ਸੀ ਉਸੇ ਵਾਂਗ ਤਿੱਖਾ ਨੱਕ ਉਸੇ ਵਾਂਗ ਠੋਡੀ ਤੇ ਟੋਆ ਉਸੇ ਨੇ ਫਿਰ ਦੀਵਾਰ ਤੇ ਲਟਕੀ ਸੁਰੇਸ਼ ਦੀ ਤਸਵੀਰ ਵੱਲ ਵੇਖਿਆ ਕਿੰਨਾ ਚਿਰੋਜ਼ ਕੋਲ ਜਾ ਕੇ ਵੇਖਦੀ ਰਹੀ ਜੀ ਸੁੱਤੇ-ਸੁੱਤੇ ਬੇਬੀ ਨੂੰ ਚੁੱਕ ਕੇ ਉਹ ਤਸਵੀਰ ਕੋਲ ਲੈ ਗਈ। ਉਹਨਾਂ 'ਚ ਕੋਈ ਚੀਜ਼ ਨਹੀਂ ਮਿਲਦੀ ਸੀ। ਸੁਰੇਸ਼ ਬੇਬੀ ਤੇ ਕਮਲ ਦੀਆਂ ਤਸਵੀਰਾਂ ਵੱਲ ਵੇਖ ਕੇ ਉਹ ਪਾਗਲ ਜੀ ਹੋ ਗਈ। ਉਹਦਾ ਸਿਰ ਚਕਰਾਉਣ ਲੱਗ ਪਿਆ। ਲਾਲ ਹੋ ਰਹੀਆਂ ਉਹਦੀਆਂ ਅੱਖਾਂ ਫਟ ਕੇ ਬਾਹਰ ਆਉਣ ਲੱਗੀਆਂ। ਉੱਠਣ ਦੀ ਉਸ ਕੋਸ਼ਿਸ਼ ਕੀਤੀ ਪਰ ਫੇਰ ਸੋਫੇ ਤੇ ਢਹਿ ਪਈ ਤੇ ਬੇਹੋਸ਼ ਹੋ ਗਈ। ਇੰਜ ਲੱਗਦਾ ਸੀ ਮਿੱਤਰਾਂ ਦੀਆਂ ਅੱਡ-ਅੱਡ ਕੀਤੀਆਂ ਦੋ ਦੁਨੀਆਂ ਟਕਰਾ ਪਈਆਂ ਸਨ। ਕੋਲ-ਕੋਲ ਚੁੱਪ-ਚੁੱਪ ਵਹਿ ਰੀਆਂ ਦੋ ਨਦੀਆਂ 'ਚੋਂ ਇੱਕ ਦਾ ਪਾਣੀ ਉਛਲ ਕੇ ਦੂਜੀ ਚਾਪਿਆ ਸੀ ਉਹਦੀ ਪਤਨੀ ਦੀ ਇੱਕ ਰੋਗੀ ਜ਼ਿੰਦਗੀ ਵਿੱਚ ਉਹਦੀ ਪ੍ਰੇਮੰਦ ਦਾ ਨਜਾਇਜ਼ ਜੀਵਨ ਛਲਕਾਰਾ ਮਾਰ ਰਿਹਾ ਸੀ ਸੁਰੇਸ਼ ਉਹਦਾ ਪਤੀ ਸੀ ਕਮਲ ਮੋਨ ਨੂੰ ਕੋਈ ਹੱਕ ਨਹੀਂ ਸੀ ਉਹਦੇ ਬੱਚੇ ਨੂੰ ਆਪਣਾ ਮਹਾਂਦਰਾ ਦੇਣ ਦਾ ਉਹ ਤਾਂ ਉਹਦਾ ਸਿਰਫ ਦੋਸਤ ਸੀ ਤੇ ਜਦੋਂ ਉਹਨੂੰ ਹੋਸ਼ ਆਈ ਬੱਚੇ ਨੂੰ ਚੁੱਕ ਮਿੱਤਰਾ ਸ਼ੀਸ਼ੇ ਦੇ ਸਾਹਮਣੇ ਲੈ ਗਈ ਇਹ ਮੇਰਾ ਹੈ ਉਹਨੇ ਕਿਹਾ ਇਹਦੀਆਂ ਗੱਲਾਂ ਮੇਰੇ ਵਾਂਗ ਗੋੜ ਹਨ ਪਰ ਦੀਵਾਰ ਨਾਲ ਲਟਕ ਰਹੀ ਸੁਰੇਸ਼ ਦੀ ਤਸਵੀਰ ਵਾਂਗ ਉਹ ਹਰਗਿਜ਼ ਨਹੀਂ ਸੀ ਕੋੜੀਅੰਟ ਖਲੋਤਾ சுரேਸ਼ ਦਰਵਾਜ਼ਾ ਖੜਕਾ ਰਿਹਾ ਸੀ ਬੇਬੀ ਨੂੰ ਸੋਫੇ ਤੇ ਲਟਾ ਉਸ ਵੱਲ ਗਈ ਮਿੱਤਰਾਂ ਦੀ ਇਸ ਹਾਲਤ ਨੂੰ ਵੇਖ ਉਹ ਹੈਰਾਨ ਹੋ ਰਹੀ ਸੀ ਹੋ ਰਿਹਾ ਸੀ ਕਿ ਕਮਰੇ 'ਚ ਵੜਦੇ ਅੰਸਾਰ ਉਹ ਉਹਦੇ ਗਲ ਚਿਮਟ ਗਈ ਤੇ ਉਹਦੀਆਂ ਬਾਹਾਂ ਵਿੱਚ ਬੁੱਤ ਦਾ ਬੁੱਤ ਬਣੀ ਬੇਹੋਸ਼ ਹੋ ਗਈ சுரேਸ਼ ਨੇ ਹੈਰਾਨ ਉਹਨੂੰ ਕਾਲੀਨ ਤੇ ਲਟਾ ਦਿੱਤਾ ਉਹਦੀਆਂ ਤਲੀਆਂ ਜੱਸੀਆਂ ਉਹਦਾ ਮੱਥਾ ਮਲਿਆ ਉਹਦੇ ਮੂੰਹ 'ਚ ਪਾਣੀ ਪਾਇਆ ਘਬਰਾਇਆ ਹੋਇਆ ਉਹ ਕਦੀ ਕੁਝ ਕਰਦਾ ਕਦੀ ਕੁਝ ਅਖੀਰ ਮਸਾ ਮਸਾ ਨੂੰ ਹੋਸ਼ ਆਈ ਅੱਖਾਂ ਫੁੱਟਦੀਆਂ ਮਿੱਤਰਾਂ ਨੇ ਚੀਕ ਮਾਰੀ ਤੇ ਬੇਹੋਸ਼ ਹੋ ਗਈ ਧੰਨਵਾਦ